ਜ਼ਿੰਦਗੀ ਦੇ ਸਫ਼ਰ ਦਰਾਜ਼ ਅੰਦਰ ਸਾਡੇ ਕਈ ਦਿਲਦਾਰ ਗਵਾਚੇ ਬੜੇ ਨੂਰ ਗਵਾਚ ਗਏ ਅੱਖੀਆਂ ਦੇ ਕਈ ਗਲ ਦੇ ਹਾਰ ਗਵਾਚੇ ਕੁਝ ਨਿਖੜ ਗਏ ਸਨ ਉਰਲੇ ਪਾਸੇ ਕੁਝ ਅੱਪੜ ਕੇ ਪਾਰ ਗਵਾਚੇ ਮੇਰੇ ਸਾਹਾਂ ਨਾਲ ਸਾਹ ਲੈਣ ਵਾਲੇ ਮੇਰੇ ਜਿਗਰੀ ਯਾਰ ਗਵਾਚੇ ਸੋ ਇਹ ਹੈ ਤੇ ਸਿਰਫ ਇੱਕ ਚਾਰ ਮਿਸਰੇ ਦਾ ਸ਼ੇਰ ਹੈ ਲੇਕਿਨ ਇਹਦੇ ਪਿੱਛੇ ਇੱਕ ਪੂਰੀ ਦਾਸਤਾਨ ਹੈ ਜੀ ਵੇਖੋ ਕੋਈ ਵੀ ਬੰਦਾ ਅਗਰ ਉਹ ਬੜਾ ਹੱਸਦਾ ਹੈ ਹਰ ਹਸਨ ਵਾਲਾ ਬੰਦਾ ਖੁਸ਼ ਨਹੀਂ ਹੁੰਦਾ ਉਹਦੇ ਹਾਸੇ ਦੇ ਪਿੱਛੇ ਬੜੇ ਸਾਰੇ ਅਥਰੂਆਂ ਦਾ ਸਮੁੰਦਰ ਹੁੰਦਾ ਹੈ ਹਰ ਹਸਦਾ ਚਿਹਰਾ ਇਹ ਨਹੀਂ ਕਿ ਉਹ ਖੁਸ਼ ਬਾਛੇ ਇਹ ਲੋਕਾਂ ਨੂੰ ਹਸਾਣ ਵਾਲਾ ਜਾਂ ਹੁਦ ਮਹਿਫਲਾਂ ਦੇ ਵਿੱਚ ਬੈ ਕੇ ਕਹਿ ਕੇ ਲਗਾਣ ਵਾਲਾ ਅੰਦਰੋਂ ਬੜਾ ਦੁਖੀ ਹੁੰਦਾ ਹੈ ਲੇਕਿਨ ਅੰਦਰ ਦੇ ਰਾਜ਼ ਅੰਦਰ ਦੇ ਪੇਤ ਹਰ ਬੰਦਾ ਨਹੀਂ ਜਾਣਦਾ ਲੋਕੀ ਸਾਰੀ ਵੇਂਦੇ ਨੇ ਕਿ ਹੱਸਦਾ ਪਿਆ ਉਹ ਹੱਸਦਾ ਹੀ ਵੇਂਦੇ ਨੇ ਲੈਕਿਨ ਜਿਹੜੇ ਪਛਾਣ ਵਾਲੇ ਬੰਦੇ ਨੇ ਆਉਂਦੇ ਨੇ ਕਿ ਤੂੰ ਇੰਨਾ ਹੱਸਣਾ ਪਿਆ ਇਹਦੇ ਪਿੱਛੇ ਦੁੱਖ ਕਿਹੜਾ ਤੈਨੂੰ ਤੇ ਬੈਠਿਆ ਬੈਠਿਆ ਮੈਂ ਸ਼ੇਰ ਬਣਾ ਲਿਆ ਮੈਂ ਜਦੋਂ ਚੜਿਆ ਚੰਨ ਕੋਈ ਵੇਖੇ ਹੀ ਨਾ ਕੱਲਾ ਚੰਨ ਤੇ ਤਾਰਾ ਕੀ ਕਰ ਸੀ ਜਦੋਂ ਬੋਲਿਆ ਗੱਲ ਕੋਈ ਸਮਝੇ ਨਾ ਉਥੇ ਅੱਖ ਦਾ ਇਸ਼ਾਰਾ ਕੀ ਕਰ ਸੀ ਜਦੋਂ ਅੰਦਰੋਂ ਮਸਤੀ ਮੁੱਕ ਗਈ ਏ ਬਾਹਰੋਂ ਗੋਲ ਘਬਾਰਾ ਕੀ ਕਰ ਸੀ ਇਥੇ ਸਾਰੇ ਹੀ ਕਾਮਲ ਮੂਮਨ ਨੇ ਕੱਲਾ ਵੈਸ ਵਿਚਾਰਾ ਕੀ ਕਰ ਸੀ ਸੋ ਇਹ ਵੇ ਕਿ ਕੁਝ ਸ਼ੇਰ ਐਸੇ ਨੇ ਜਿਹੜੇ ਮੈਂ ਆਪ ਬੋਲਣਾ ਆਪ ਬਣਾਣਾ ਤੇ ਇਹ ਵੀ ਉਹ ਜਿਹੜੇ ਮੁਹੱਬਤ ਕਰਨ ਵਾਲੇ ਜੀ ਨੇ ਪਿਆਰ ਕਰਨ ਵਾਲੇ ਜੀ ਨੇ ਉਹ ਫਿਰ ਉਹ ਮਤਲਬ ਡਿਮਾਂਡ ਕਰਦੇ ਨੇ ਜਾਂ ਉਹਨਾਂ ਦੀ ਮੈਂ ਰਿਕਵੈਸਟ ਹੁੰਦੀ ਹੈ ਤੇ ਉਹਨਾਂ ਦੀ ਰਿਕਵੈਸਟ ਦੇ ਮੁਤਾਬਕ ਮੈਂ ਫਿਰ ਉਹ ਸ਼ੇਰ ਸੁਣਾਣਾ ਚੱਲਣਾ